हाँ जी किदा सारे ते वेलकम टू पंजाबी ट्रकर कपल चैनल। ते अज वाली वीडियो बस छोटी जी आ। ते अपनी कंपनी दे डिस्पैचर ने कहा हीगा के तेल किदा पवाई दा वीडियो बना दो, जिदा नवे ड्राइवर आंदे आ ना ते नहीं पता होंदा, क्योंकि स्कूल च ये चीज सिखाई नहीं होंदी। जिथे आपां लाइसेंस लैने आ ओह चीज सिखाते नहीं हैगे है ना, तेल किदा पवाई दा है ते पंप किवें चलदे आ, जां ਜਿਹੜੇ ਕੈਨੇਡਾ ਚਲਾਉਂਦੇ ਰਹੇ ਆ ਉਹਨਾਂ ਨੂੰ ਵੀ ਨਹੀਂ ਪਤਾ ਹੁੰਦਾ ਕਿ ਕਈਆਂ ਨੂੰ ਕਿ ਇੱਧਰ ਦੋਨੋਂ ਪੰਪ ਇਕੱਠੇ ਚੱਲ ਪੈਂਦੇ ਆ। ਮੇਰੇ ਦੋਸਤ ਨੇ ਹੁਣ ਸਟਾਰਟ ਕੀਤਾ ਜੀ ਪਿੱਛੇ, ਜੋ ਪਹਿਲਾਂ ਸਿਟੀ 'ਚ ਚਲਾਉਂਦਾ ਰਿਹਾ ਸਾਲ ਡੇਢ, ਅਤੇ ਜਦੋਂ ਉਹਨੇ ਨਵਾਂ ਨਵਾਂ ਇੱਧਰ ਪਹਿਲਾਂ ਹੀ ਗੇੜਾ ਸਟਾਰਟ ਕੀਤਾ ਅਮੈਰੀਕਾ, ਜਦੋਂ ਉਹਨੂੰ ਫਿਰ ਇਹ ਚੀਜ਼ਾਂ ਦਾ ਪਤਾ ਨਹੀਂ ਹੈਗਾ ਕਿ ਕਾਰਡ ਕਿਵੇਂ ਲਾਈਦਾ ਹੈ ਅਤੇ ਕਿਵੇਂ ਪੁਆਇੰਟਸ ਲਈਦੇ ਆ, ਕਿਵੇਂ ਪੰਪ ਚੱਲਦਾ, ਐਵਰੀਥਿੰਗ। ਸੋ ਆਪਾਂ ਇਹ ਚੀਜ਼ ਹੀ ਅੱਜ ਕਵਰ ਕਰਾਂਗੇ ਵੀਡੀਓ 'ਚ, ਅਤੇ ਚਲੋ ਮੈਂ ਦਿਖਾਉਂਦਾ ਤੁਹਾਨੂੰ ਕਿ ਕਿਵੇਂ ਤੇਲ ਪਵਾਈਦਾ। ਸੋ ਇੱਦਾਂ ਤੁਹਾਨੂੰ ਸਕਰੀਨ ਹੁੰਦੀ ਆ ਪਹਿਲਾਂ, ਠੀਕ ਆ, ਅਤੇ ਕਾਰਡ ਲਾਵਾਂਗੇ ਆਪਾਂ, ਸਵਾਈਪ ਕਰਕੇ ਨਾਲ ਹੀ ਬਾਹਰ ਕੱਢ ਲੈਣਾ ਹੈ, ਹੋਲਡ ਨਹੀਂ ਕਰਨਾ ਕਾਰਡ ਨੂੰ। ਅੱਗੇ ਨੇ ਇੱਦਾਂ ਕਹਿਣਾ ਵਨ ਮੂਮੈਂਟ ਪਲੀਜ਼, ਅੱਗੇ ਤੁਹਾਡਾ ਪੁੱਛਦਾ ਪਿਆ ਸਵਾਈਪ ਯੂਅਰ ਮਾਈ ਰਿਵਾਰਡਸ ਕਾਰਡ, ਹੁਣ ਇਹ ਸਵਾਈਪ ਨਹੀਂ ਹੁੰਦਾ ਹੈਗਾ ਇੱਥੇ, ਜੇ ਕਾਰਡ ਹੁੰਦਾ ਨਹੀਂ ਹੈ ਕਿਉਂਕਿ ਡਿਜੀਟਲ ਕਾਰਡ ਹੈ, ਇਸ ਕਰਕੇ ਆਪਾਂ ਇੱਥੇ ਨੰਬਰ ਭਰਾਂਗੇ, ਠੀਕ ਹੈ। ਨੰਬਰ ਭਰਤਾ ਹੈ ਤਾਂ ਮੈਂ ਐਂਟਰ ਦੱਬ ਦਾਂਗਾ, ਫਿਰ ਅੱਗੇ ਇਹ ਇੱਦਾਂ ਪੁੱਛਦਾ ਤੁਹਾਨੂੰ, ਠੀਕ ਆ, ਜੇਕਰ ਤਾਂ ਰੀਫਰ ਆ, ਜੇ ਤੁਸੀਂ ਡੇ ਟੂ ਡੇ ਦੇ ਡਰਾਈਵਰ ਆਪਣੇ ਤਾਂ ਰੀਫਰ ਘੱਟ ਵੱਧ ਹੀ ਹੁੰਦੇ ਆ, ਜ਼ਿਆਦਾਤਰ ਡਰਾਈਵ ਐਂਡ ਲੋਡ ਆ, ਬਟ ਜੇਕਰ ਰੀਫਰ ਹੈਗਾ ਹੈ ਫਿਰ ਬੋਥ ਸਿਲੈਕਟ ਕਰਾਂਗੇ, ਨਹੀਂ ਤਾਂ ਇਕੱਲਾ ਟਰੈਕਟਰ ਸਿਲੈਕਟ ਕਰਾਂਗੇ। ਡੈਫ ਪਵਾਉਣਾ ਜੇਕਰ ਤਾਂ ਡੈਫ ਸਿਲੈਕਟ ਕਰ ਲਓ, ਨਹੀਂ ਤਾਂ ਸਕਿੱਪ ਕਰ ਸਕਦੇ ਹੋ। ਹੁਣ ਇਹ ਪੁੱਛਦਾ ਪਿਆ ਟਰੱਕ ਨੰਬਰ, ਜੋ ਕਿ ਮੇਰਾ ਇੰਨਾ ਹੈ। ਹੁਣ ਪੁੱਛਦਾ ਡਰਾਈਵਰ ਆਈ ਡੀ, ਮਤਲਬ ਉਹ ਹੁੰਦਾ ਪਾਸਵਰਡ, ਅਤੇ ਉਹ ਮੈਂ ਤੁਹਾਨੂੰ ਦਿਖਾ ਨਹੀਂ ਸਕਦਾ ਇਸ ਕਰਕੇ ਮੈਂ ਕੈਮਰਾ ਬੰਦ ਕਰ ਲੈਂਦਾ ਹੁਣ। ਫਿਰ ਐਂਟਰ ਦੱਬਤਾ ਹੈ, ਫਿਰ ਉਹ ਕਹਿੰਦਾ ਵਨ ਮੂਮੈਂਟ। ਅੱਗੇ ਜੇਕਰ ਤੁਸੀਂ ਕੈਸ਼ ਐਡਵਾਂਸ ਕਢਾਉਣਾ ਹੈ ਅਤੇ ਇੱਥੇ ਰਕਮ ਭਰ ਦੋਗੇ ਅਤੇ ਐਂਟਰ ਕਰ ਦੋਗੇ। ਮੈਂ ਅਜੇ ਕੋਈ ਕੈਸ਼ ਐਡਵਾਂਸ ਨਹੀਂ ਕਢਾਉਣਾ, ਮੇਰੇ ਤੋਂ ਹੈਗੇ, ਇਸ ਕਰਕੇ ਮੈਂ ਸਕਿੱਪ ਕਰ ਦਾਂਗਾ। ਫਿਰ ਇਹ ਕਹਿੰਦਾ ਹੋਰ ਕੋਈ ਪ੍ਰੋਡਕਟ ਲੈਣਾ, ਇਹ ਆਪਾਂ ਲੈਂਦੇ ਨਹੀਂ ਹੈਗੇ ਸਾਡੀ ਕੰਪਨੀ ਵੱਲੋਂ, ਕਿਉਂਕਿ ਆਪਾਂ ਡੈਫ ਹੀ ਪਵਾਉਂਦੇ ਹਾਂ, ਜੇ ਤੁਸੀਂ ਲੈਂਦੇ ਤੁਸੀਂ ਯੈਸ ਕਰ ਸਕਦੇ ਹੋ, ਨਹੀਂ ਤਾਂ ਨੋ। ਅੱਗੇ ਫਿਰ ਇਹ ਮੈਸੇਜ ਆ ਜਾਂਦਾ ਹੈ ਜਿੰਨੀ ਦੇਰ ਨੂੰ ਇਹ ਤੁਸੀਂ ਕੁਝ ਨਹੀਂ ਕਰਨਾ, ਜਿੰਨੀ ਦੇਰ ਤੱਕ ਇਹ ਮੈਸੇਜ ਉੱਠਦਾ ਆਪਣੇ ਦਸਤਾਨੇ ਦਸਤੂਨੇ ਪਾਓ ਅਤੇ ਇੱਥੋਂ ਪੰਪ ਸਟਾਰਟ ਕਰੋ। ਓਕੇ, ਹੁਣ ਇੱਦਾਂ ਆ ਗਿਆ ਕਿ ਰਿਮੂਵ ਨੋਜ਼ਲ ਟੂ ਫਿਊਲ ਟਰੱਕ ਡੀਜ਼ਲ, ਆ ਰਹੀ ਨੋਜ਼ਲ, ਇਹਨੂੰ ਚੱਕ ਕੇ ਅਤੇ ਤੇਲ ਪਾਉਣਾ ਸਟਾਰਟ ਕਰਾਂਗੇ, ਉਹ ਮੈਂ ਤੁਹਾਨੂੰ ਦੱਸਦਾ ਇਹਨੂੰ ਚਲਾਉਣਾ ਕਿੱਦਾਂ। ਫਿਰ ਇਹਨੂੰ ਚੱਕ ਕੇ ਇੱਥੇ ਧਰ ਲਵਾਂਗਾ ਮੈਂ, ਠੀਕ ਆ, ਅਤੇ ਆਹ ਜਿਹੜੀ ਚੀਜ਼ ਆ ਨਾ ਇਹਨੂੰ ਤੁਸੀਂ ਇੱਦਾਂ ਕਰ ਦੇਣਾ, ਫਿਰ ਪੰਪ ਔਨ ਹੋ ਗਿਆ। ਸੇਮ ਚੀਜ਼ ਹੀ ਤੁਸੀਂ ਕਰਨੀ ਆ ਪੈਸੰਜਰ ਸਾਈਡ, ਅਤੇ ਇੱਕੋ ਟਾਈਮ 'ਤੇ ਦੋਨੋਂ ਪੰਪ ਚੱਲ ਪੈਂਦੇ ਆ, ਅਤੇ ਇੱਦਾਂ ਤੁਸੀਂ ਚਲਾਉਣੇ ਹੁੰਦੇ ਪੰਪ, ਇਹਦਾ ਬਟਨ ਹੋਰ ਕੋਈ ਬਟਨ ਨਹੀਂ ਹੁੰਦਾ, ਜਿੱਥੋਂ ਇਹਨੂੰ ਤੁਸੀਂ ਨੋਜ਼ਲ ਨੂੰ ਚੱਕਿਆ ਉਹੀ ਵਾਲੇ ਉਹਦੇ ਸਟੈਂਡ ਜੇ ਇਹਨੂੰ ਉੱਤੇ ਨੂੰ ਕਰ ਦੇਣਾ ਹੈ, ਤੇਰੇ ਚੱਲ ਪੈਣਾ ਹੈ। ਹੁਣ ਮੈਂ ਤੇਲ ਭਰਦਾ ਪਿਆ ਅਤੇ ਫਿਰ ਭਰ ਕੇ ਫਿਰ ਅੱਗੇ ਤੁਹਾਨੂੰ ਦੱਸਾਂਗਾ ਕਿ ਡੈਫ ਕਿੱਦਾਂ ਪਾਈਦਾ। ਤੇਲ ਪੈ ਗਿਆ, ਹੁਣ ਮੈਂ ਨੋਜ਼ਲ ਦੁਬਾਰਾ ਵਾਪਸ ਧਰਤੀ, ਹੁਣ ਇਹ ਕਹਿਣ ਲੱਗ ਪਿਆ ਰਿਮੂਵ ਨੋਜ਼ਲ ਟੂ ਫਿਊਲ ਡੈਫ, ਆਹ ਰੇਟ ਲਿਖਿਆ ਹੈਗਾ ਕਿੰਨੇ ਦਾ ਮੈਂ ਤੇਲ ਪਾਇਆ, ਨੋਜ਼ਲ ਟੂ ਫਿਊਲ ਡੈਫ ਆ ਰਿਹਾ, ਇਹ ਹੈਗੀ ਡੈਫ ਦੀ ਨੋਜ਼ਲ, ਇਹਨੂੰ ਕੱਢ ਕੇ ਅਤੇ ਇਹ ਬਟਨ 'ਤੇ ਕਲਿੱਕ ਕਰਾਂਗੇ ਅਤੇ ਫਿਰ ਇਹਨੇ ਔਨ ਹੋ ਜਾਣਾ ਹੈ। ਆਹ ਨੋਜ਼ਲ ਕੱਢ ਲਈ ਮੈਂ, ਇੱਥੇ ਆਉਂਦਾ ਮੈਂ ਬਿਗਿਨ ਫਿਊਲਿੰਗ, ਬੜਾ ਦੇਖੋ ਇੱਥੇ ਨੰਬਰ ਨਹੀਂ ਚੇਂਜ ਹੋਏ ਨਾ, ਇਸ ਕਰਕੇ ਇਹਦੇ 'ਤੇ ਕਲਿੱਕ ਕਰਾਂਗਾ ਮੈਂ, ਕਲਿੱਕ ਕੀਤਾ, ਆਹ ਇੱਥੇ ਨੰਬਰ ਹੋ ਗਏ ਚੇਂਜ, 00 ਹੋ ਗਿਆ, ਇਹਦਾ ਮਤਲਬ ਹੁਣ ਆਪਾਂ ਡੈਫ ਪਵਾ ਸਕਦੇ ਹਾਂ ਅਤੇ ਹੁਣ ਆਪਾਂ ਪਾਵਾਂਗੇ ਡੈਫ। ਕਿ ਹੁਣ ਤੇਲ ਡਨ ਹੋ ਗਿਆ, ਜਾਣ ਤੋਂ ਪਹਿਲਾਂ ਆਪਣੇ ਢੱਕਣ ਚੈੱਕ ਕਰ ਲਓ ਡੀਜ਼ਲ ਟੈਂਕ ਦੇ ਕਿ ਦੋਨੋਂ ਬੰਦ ਕੀਤੇ ਹੋਏ ਆਪਾਂ ਜਾਂ ਨਹੀਂ, ਸੋ ਦੈਟ ਤੁਸੀਂ ਮੇਕ ਸ਼ਿਓਰ ਰਹੋ। ਮੈਂ ਬੰਦ ਕੀਤਾ ਹੈ, ਠੀਕ ਹੈ। ਕਾਫੀ ਵਾਰ ਇੱਦਾਂ ਹੁੰਦਾ ਕਿ ਖੁੱਲ੍ਹੇ ਰਹਿ ਜਾਂਦੇ ਹੁੰਦੇ ਢੱਕਣੇ, ਇਸ ਕਰਕੇ ਜ਼ਰੂਰ ਚੈੱਕ ਕਰੋ ਢੱਕਣਾਂ ਨੂੰ, ਅਤੇ ਹੁਣ ਆਪਾਂ ਟਰੱਕ ਅੱਗੇ ਕਰਕੇ ਅਤੇ ਫਿਰ ਅੰਦਰ ਜਾਵਾਂਗੇ, ਇੱਦਾਂ ਇੱਥੇ ਛੱਡ ਕੇ ਨਹੀਂ ਜਾਵਾਂਗੇ। ਸੋ ਹਮੇਸ਼ਾ ਟਰੱਕ ਨੂੰ ਗਾਂ ਕਰਕੇ ਜੋ ਤੇਲ ਤੁਸੀਂ ਪਵਾ ਲਿਆ ਟਰੱਕ ਨੂੰ ਅੱਗੇ ਕਰਕੇ ਹੀ ਅੰਦਰ ਜਾਓ, ਆਪਣੀ ਰਿਸਿਪਟ ਲੈਣ, ਹੱਥ ਧੋਣ, ਇੱਦਾਂ ਇੱਥੇ ਫਿਊਲ ਆਈਲੈਂਡ 'ਤੇ ਟਰੱਕ ਛੱਡ ਕੇ ਨਾ ਜਾਓ, ਅਤੇ ਰਿਸਪੈਕਟਫੁੱਲ ਰਹੋ ਆਪਣੇ ਫੈਲੋ ਡਰਾਈਵਰਸ ਲਈ, ਉਹਨਾਂ ਦੂਜਿਆਂ ਨੇ ਵੀ ਤੇਲ ਪਵਾਉਣਾ ਆ ਕੇ। ਹਾਂ, ਜੇਕਰ ਰਾਤ ਦਾ ਵੇਲਾ ਹੈ
ਪੰਪ ਸਾਰੇ ਖਾਲੀ ਪਏ ਨੇ ਫਿਰ ਚਲੋ ਚੱਲ ਪੈਂਦਾ ਬਟ ਪੰਪ ਭਰੇ ਹੋਣ ਤੇ ਤੁਸੀਂ ਇੱਦਾਂ ਚੱਲ ਜਾਓ ਡਜ਼ਨਟ ਲੁੱਕ ਗੁੱਡ ਰਾਈਟ ਜੇ ਤੁਹਾਨੂੰ ਵੇਟ ਕਰਨੀ ਪਵੇ ਇੱਦਾਂ ਤਾਂ ਫਿਰ ਇਸ ਕਰਕੇ ਕਦੇ ਵੀ ਟਰੱਕ ਆਈਲੈਂਡ 'ਤੇ ਛੱਡ ਕੇ ਨਾ ਜਾਓ ਬੜੀ ਜਨਤਾ ਇਹ ਕੰਮ ਕਰਦੀ ਆ ਹਮੇਸ਼ਾ ਤੇਲ ਪਵਾ ਕੇ ਟਰੱਕ ਗਾਂਹ ਕਰਕੇ ਫਿਰ ਹੀ ਅੰਦਰ ਜਾਓ ਦੈਟ ਮੇਕਸ ਯੂ ਹੈਵੀ ਡਰਾਈਵਰ ਦੈਟ ਮੇਕਸ ਯੂ ਟਰੱਕ ਡਰਾਈਵਰ ਅਦਰਵਾਈਜ਼ ਤੁਸੀਂ ਕਾਰ ਡਰਾਈਵਰ ਹੀ ਹੋ ਜਾਂ ਡੰਮੀ ਡਰਾਈਵਰ ਹੋ ਜੇਕਰ ਤੁਸੀਂ ਇੱਦਾਂ ਛੱਡ ਕਹੋਗੇ ਕਾਰਾਂ 'ਤੇ ਆਪਾਂ ਇਹ ਚੀਜ਼ ਕਰਦੇ ਉਹਨੇ ਤੇਲ ਪਵਾ ਕੇ ਅਤੇ ਗੱਡੀ ਉੱਥੇ ਲਾ ਕੇ ਅੰਦਰ ਪੇ ਕਰਨ ਚੱਲ ਜਾਂਦੇ ਉਹ ਕਾਰਾਂ 'ਚ ਇਹ ਚੀਜ਼ ਹੁੰਦੀ ਆ ਸੋ ਤੁਸੀਂ ਕਾਰ ਡਰਾਈਵਰ ਹੋ ਤੁਸੀਂ ਫਿਰ ਟਰੱਕ ਡਰਾਈਵਰ ਨਹੀਂ ਹੈਗੇ ਬਸ ਪੈਸੇ ਲਈ ਤੁਸੀਂ ਇਹ ਇੰਡਸਟਰੀ 'ਚ ਆ ਗਏ ਹੋ ਦੈਟਸ ਆਲ ਕੋਈ ਪ੍ਰੋਫੈਸ਼ਨਲਿਜ਼ਮ ਵਾਲੀ ਕੋਈ ਗੱਲ ਹੀ ਨਹੀਂ ਹੈਗੀ ਇਹਦਾ ਮਤਲਬ ਇਹ ਆ ਸੋ ਇਹੀ ਮੈਂ ਕਹਿਣਾ ਚਾਹੂੰਗਾ ਮਾਫ਼ ਕਰਿਓ ਜੇਕਰ ਜ਼ਿਆਦਾ ਬੋਲ ਗਿਆ ਹੋਵਾਂਗਾ ਬਟ ਬੜੀ ਵਾਰੀ ਚੀਜ਼ ਦੇਖੀ ਦੀ ਇਹ ਹੁੰਦਾ ਮੈਨੂੰ ਵੀ ਅੱਜ ਕਿਸੇ ਦੀ ਵਜ੍ਹਾ ਨਾਲ ਮੈਨੂੰ 10 ਮਿੰਟ ਵੇਟ ਕਰਨੀ ਪਈ ਸੋ ਇਹ ਚੀਜ਼ ਚੁੱਭਦੀ ਆ ਬਾਕੀ ਦੇਖਦੇ ਰਹੋ ਪੰਜਾਬੀ ਟਰੱਕਰ ਕਪਲ ਚੈਨਲ ਥੈਂਕ ਯੂ ਅਤੇ ਰਿਸਿਪਟ ਕਢਾਉਣ ਦੇ ਦੋ ਤਰੀਕੇ ਆ ਇੱਕ ਤਾਂ ਤੁਸੀਂ ਅੰਦਰ ਕੈਸ਼ੀਅਰ ਨੂੰ ਕਹਿ ਸਕਦੇ ਅਤੇ ਦੂਜਾ ਤਰੀਕਾ ਆ ਜਿਹੜੇ ਕਾਇਓਸਕ ਲੱਗਿਆ ਇੱਥੇ ਕਲਿੱਕ ਕਰੋ ਪ੍ਰਿੰਟ ਫਿਊਲ ਸਿਫਟ ਇੱਥੇ ਟਰੱਕ ਨੰਬਰ ਭਰਾਂਗੇ ਆਪਣਾ ਐਂਟਰ ਆ ਗਈ ਪ੍ਰਿੰਟ 1 ਕਾਪੀ ਅਤੇ ਇੱਥੋਂ ਕਾਪੀ ਆ ਜਾਣੀ ਬਾਹਰ ਆਹ ਸੌਖਾ ਤਰੀਕਾ ਸਿਫਟ ਕਢਾਉਣ ਦਾ ਟਾਈਮ ਬਚਦਾ ਹੈ